22 ਸਾਲਾ ਮਸ਼ਹੂਰ ਅਦਾਕਾਰਾ ਸਾਇਰਾ ਬਾਨੂ ਨੇ ਕਰਵਾਇਆ ਸੀ 40 ਸਾਲਾ ਦਲੀਪ ਕੁਮਾਰ ਦੇ ਨਾਲ ਵਿਆਹ। ਉਸ ਸਮੇਂ ਦਲੀਪ ਕੁਮਾਰ ਦੇ ਕੋਲ ਸੀ ਕਈ ਆਪਸ਼ਨਸ, ਪਰ ਕਿਉਂ ਚੁਣਿਆ ਸਾਇਰਾ ਬਾਨੂ? ਜੇਕਰ ਸਾਇਰਾ ਬਾਨੂ ਦੇ ਨਾਲ ਕਰਵਾਇਆ ਸੀ ਵਿਆਹ, ਤਾਂ ਕੀ ਕਾਰਨ ਰਿਹਾ ਕਿ ਦਲੀਪ ਕੁਮਾਰ ਨੇ ਸਾਇਰਾ ਬਾਨੂ ਤੋਂ ਬਾਅਦ ਕਰਵਾਇਆ ਦੂਜਾ ਵਿਆਹ? ਆਖਿਰ ਕਿਉਂ ਦਲੀਪ ਕੁਮਾਰ ਨੂੰ ਦੂਜੇ ਵਿਆਹ ਤੋਂ ਬਾਅਦ ਜਿਹੜੀ ਪਈ ਸੀ ਗੁੰਮਨਾਮੀ ਦੀ ਜ਼ਿੰਦਗੀ? ਕਿਉਂ ਸਾਇਰਾ ਬਾਨੂ ਕੋਲੋਂ ਮੰਗੀ ਗਈ ਸੀ ਮਾਫ਼ੀ? ਕੀ ਦਲੀਪ ਕੁਮਾਰ ਨੂੰ ਹੋਇਆ ਸੀ ਆਪਣੀ ਗਲਤੀ ਦਾ ਅਹਿਸਾਸ? ਆਖਿਰ ਕਿਹੋ ਜਿਹੀ ਰਹੀ ਦਲੀਪ ਕੁਮਾਰ ਅਤੇ ਸਾਇਰਾ ਬਾਨੂ ਦੀ ਜ਼ਿੰਦਗੀ? ਵੱਡੀ ਉਮਰ ਸੀ ਦਲੀਪ ਕੁਮਾਰ ਦੀ ਅਤੇ ਛੋਟੀ ਉਮਰ ਸੀ ਸਾਇਰਾ ਬਾਨੂ ਦੀ, ਤਾਂ ਕਿਵੇਂ ਨਿਭੀ ਇਹ ਜੋੜੀ ਅਤੇ ਕਿਵੇਂ ਹੋਏ ਦੋਨੋਂ ਵੱਖੋ ਵੱਖਰੇ, ਅਤੇ ਕਿਵੇਂ ਫਿਰ ਤੋਂ ਹੋਏ ਦੋਵੇਂ ਇੱਕ? ਅੱਜ ਕਰਦੇ ਹਾਂ ਪੂਰਾ ਖੁਲਾਸਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਫੈਕਟ ਨਿਊਜ਼ ਅਤੇ ਮੈਂ ਸ਼ਾਲੂ ਤੁਹਾਡਾ ਸਵਾਗਤ ਕਰਦੀ ਹਾਂ। ਅਕਸਰ ਹੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਪੋਲੀਟੀਕਲ ਮੁੱਦਿਆਂ ਦੀ, ਪਰ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹੀ ਕਹਾਣੀ ਲੈ ਕੇ ਆਏ ਹਾਂ ਜੋ ਆਪਣੇ ਸਮੇਂ ਤੋਂ ਲੈ ਕੇ ਹੁਣ ਤੱਕ ਕਾਫ਼ੀ ਜ਼ਿਆਦਾ ਦਿਲਚਸਪ ਕਹਾਣੀ ਰਹੀ ਹੈ। ਇਹ ਕਹਾਣੀ ਰਹੀ ਹੈ ਆਪਣੇ ਸਮੇਂ ਦੇ ਵਿੱਚ ਮਸ਼ਹੂਰ ਦਲੀਪ ਕੁਮਾਰ ਅਤੇ ਦੂਜੇ ਪਾਸੇ ਸਾਇਰਾ ਬਾਨੂ ਦੀ। ਸਾਇਰਾ ਬਾਨੂ ਆਪਣੀ ਥਾਂ ਕਾਫ਼ੀ ਜ਼ਿਆਦਾ ਮਸ਼ਹੂਰ ਸੀ ਅਤੇ ਦੂਜੇ ਪਾਸੇ ਦਲੀਪ ਕੁਮਾਰ ਆਪਣੀ ਥਾਂ ਕਾਫ਼ੀ ਮਸ਼ਹੂਰ ਸੀ, ਪਰ ਦੋਨਾਂ ਦੀ ਉਮਰ ਦੇ ਵਿੱਚ ਕਾਫ਼ੀ ਜ਼ਿਆਦਾ ਫਰਕ ਸੀ। ਗੱਲ ਕਰੀਏ ਸਾਇਰਾ ਬਾਨੂ ਦੀ, ਤਾਂ ਸਾਇਰਾ ਬਾਨੂ ਇੰਨੀ ਕੁ ਜ਼ਿਆਦਾ ਖੂਬਸੂਰਤ ਸੀ ਕਿ ਸ਼ਾਇਦ ਬਾਲੀਵੁੱਡ ਦੇ ਕਿੰਨੇ ਹੀ ਐਕਟਰਸ ਇਹ ਚਾਹੁੰਦੇ ਹੋਣਗੇ ਕਿ ਸਾਇਰਾ ਬਾਨੂ ਉਹਨਾਂ ਦੇ ਨਾਲ ਵਿਆਹ ਕਰਵਾ ਲਵੇ, ਪਰ ਆਪਣੇ ਤੋਂ ਦੁੱਗਣੀ ਉਮਰ ਦੇ ਵਿਅਕਤੀ ਯਾਨੀ ਕਿ ਦਲੀਪ ਕੁਮਾਰ ਦੇ ਨਾਲ ਆਖਿਰ ਸਾਇਰਾ ਬਾਨੂ ਨੇ ਵਿਆਹ ਕਿਉਂ ਕਰਵਾਇਆ? ਦੋਨਾਂ ਦੀ ਜੋੜੀ ਕਿਹੋ ਜਿਹੀ ਰਹੀ? ਇਹ ਕਹਾਣੀ ਬੇਹੱਦ ਜੋ ਕਾਫ਼ੀ ਜ਼ਿਆਦਾ ਕਿਹਾ ਜਾ ਸਕਦਾ ਇੰਟਰਸਟਿੰਗ ਸਟੋਰੀ ਹੈ। ਸੋ ਤੁਹਾਡੇ ਨਾਲ ਪੂਰੀ ਅੱਜ ਕਹਾਣੀ ਸਾਂਝੀ ਕਰਦੇ ਹਾਂ ਅਤੇ ਦੋਨਾਂ ਦੀ ਪੂਰੀ ਜ਼ਿੰਦਗੀ ਦੀ ਜਾਣਕਾਰੀ ਦਿੰਦੇ ਹਾਂ। ਸੋ ਕਿਵੇਂ ਦੋਨਾਂ ਦੇ ਵਿਆਹ ਹੋਇਆ, ਦੋਨਾਂ ਦਾ ਵਿਆਹ ਹੋਇਆ, ਉਸ ਤੋਂ ਬਾਅਦ ਦੋਨੋਂ ਵੱਖੋ ਵੱਖ ਹੋ ਗਏ, ਕਿਵੇਂ ਵਿਆਹ ਤੋਂ 16 ਸਾਲ ਬਾਅਦ ਜਦੋਂ ਕੋਈ ਸਾਇਰਾ ਬਾਨੂ ਕੋਲ ਬੱਚਾ ਨਹੀਂ ਹੋਇਆ, ਤਾਂ ਕਿਵੇਂ ਦਲੀਪ ਕੁਮਾਰ ਨੇ ਸਾਇਰਾ ਬਾਨੂ ਨੂੰ ਠੁਕਰਾ ਕੇ ਦੂਜਾ ਵਿਆਹ ਕਰਵਾਉਣ ਦੀ ਸੋਚੀ? ਸਾਇਰਾ ਬਾਨੂ ਦੇ ਉਸਦੇ ਉੱਤੇ ਇਸਦਾ ਕੀ ਅਸਰ ਹੋਇਆ ਸੀ? ਅੱਜ ਪੂਰੀ ਜਾਣਕਾਰੀ ਦਿੰਦੇ ਹਾਂ ਅਤੇ ਇਸ ਜੋੜੀ ਦੇ ਨਾਲ ਜੁੜੀ ਹੀ ਪੂਰੀ ਕਹਾਣੀ ਤੁਹਾਨੂੰ ਅੱਜ ਦੱਸਦੇ ਹਾਂ। ਬਾਲੀਵੁੱਡ ਦੇ ਵਿੱਚ ਟ੍ਰੈਜਡੀ ਕਿੰਗ ਦੇ ਨਾਂ ਦੇ ਨਾਲ ਮਸ਼ਹੂਰ ਦਲੀਪ ਕੁਮਾਰ ਭਾਵੇਂ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਉਹਨਾਂ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਵਿੱਚ ਨੇ। ਕੁਝ ਅਜੇ ਵੀ ਉਹਨਾਂ ਨੂੰ ਫਿਲਮਾਂ ਰਾਹੀਂ ਯਾਦ ਕਰਦੇ ਨੇ, ਜਦੋਂ ਕਿ ਕੁਝ ਅਜੇ ਵੀ ਉਹਨਾਂ ਦੀ ਆਤਮ ਕਥਾ ਦੇ ਪੰਨੇ ਪਲਟ ਕੇ ਉਹਨਾਂ ਨੂੰ ਫਿਰ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ 50 ਦੇ ਦਹਾਕੇ ਦੇ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਲੀਪ ਕੁਮਾਰ ਨੇ 5 ਦਹਾਕਿਆਂ ਤੱਕ ਇੰਡਸਟਰੀ 'ਤੇ ਰਾਜ ਕੀਤਾ। ਅਭਿਨੇਤਰੀ ਮਧੂਬਾਲਾ ਦੀ ਗੱਲ ਕਰੀਏ ਤਾਂ ਅਭਿਨੇਤਰੀ ਮਧੂਬਾਲਾ ਦੇ ਨਾਲ ਉਹਨਾਂ ਦੇ ਸੰਬੰਧਾਂ ਦਾ ਵੀ ਜ਼ਿਕਰ ਕੀਤਾ ਗਿਆ, ਜੋ ਕਿ ਅਕਸਰ ਹੀ ਉਹਨਾਂ ਦੇ ਨਾਲ ਸਕਰੀਨ ਦੇ ਉੱਤੇ ਨਜ਼ਰ ਆਉਂਦੇ ਸੀ। ਪਰ ਸਾਇਰਾ ਬਾਨੂ ਦੀ ਗੱਲ ਕਰੀਏ ਤਾਂ ਸਾਇਰਾ ਬਾਨੂ ਦੇ ਲਈ ਉਹਨਾਂ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਵਿਆਹ ਤੋਂ 16 ਸਾਲ ਬਾਅਦ ਦਲੀਪ ਕੁਮਾਰ ਗੁੰਮਨਾਮੀ ਦੀ ਜ਼ਿੰਦਗੀ ਜੀ ਰਹੇ ਸੀ ਅਤੇ ਉਹ ਹਨੇਰਾ ਕੀ ਸੀ? ਕਿਉਂ ਦੂਜੇ ਵਿਆਹ ਤੋਂ ਬਾਅਦ ਦਲੀਪ ਕੁਮਾਰ ਦੀ ਜ਼ਿੰਦਗੀ ਅਚਾਨਕ ਬਦਲ ਗਈ? ਇਸ ਦੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸੋ ਇੱਕ ਸਮਾਂ ਸੀ ਜਦੋਂ ਦਲੀਪ ਕੁਮਾਰ ਦੀ ਇੱਕ ਝਲਕ ਪਾਉਣ ਦੇ ਲਈ ਲੜਕੀਆਂ ਬੇਤਾਬ ਰਹਿੰਦੀਆਂ ਸੀ, ਪਰ ਇਸ ਸਭ ਨੂੰ ਛੱਡ ਕੇ ਦਲੀਪ ਕੁਮਾਰ ਦੇ ਵੱਲੋਂ ਸਾਇਰਾ ਬਾਨੂ ਨੂੰ ਚੁਣਿਆ ਗਿਆ, ਉਹਨਾਂ ਨੂੰ ਹਮਸਫ਼ਰ ਬਣਾਇਆ ਗਿਆ। ਪਰ ਸਾਇਰਾ ਦੇ ਨਾਲ ਡੂੰਘੇ ਪਿਆਰ ਦੇ ਵਿੱਚ ਡੁੱਬੇ ਦਲੀਪ ਕੁਮਾਰ ਨੇ ਵਿਆਹ ਤੋਂ ਬਾਅਦ ਗੰਭੀਰ ਗਲਤੀ ਕਰ ਦਿੱਤੀ। ਜੀ ਹਾਂ, ਦਲੀਪ ਕੁਮਾਰ ਨੇ ਪਹਿਲਾ ਵਿਆਹ 11 ਅਕਤੂਬਰ 1966 ਨੂੰ ਸਾਇਰਾ ਬਾਨੂ ਦੇ ਨਾਲ ਕੀਤਾ ਸੀ। ਉਸ ਸਮੇਂ ਸਾਇਰਾ ਦੀ ਉਮਰ 22 ਸਾਲ ਸੀ, ਜਦੋਂ ਕਿ ਦਲੀਪ ਕੁਮਾਰ ਦੀ ਉਮਰ 44 ਸਾਲ ਸੀ। ਸਾਇਰਾ ਬਾਨੂ ਦੀ ਗੱਲ ਕਰੀਏ ਤਾਂ ਉਹਨਾਂ ਦਾ ਬਚਪਨ ਤੋਂ ਹੀ ਦਲੀਪ ਕੁਮਾਰ ਦੇ ਨਾਲ ਵਿਆਹ ਕਰਵਾਉਣ ਦਾ ਸੁਪਨਾ ਸੀ। ਸਾਇਰਾ ਬਾਨੂ ਨੂੰ ਦਲੀਪ ਕੁਮਾਰ ਬਚਪਨ ਤੋਂ ਹੀ ਬਹੁਤ ਪਸੰਦ ਸੀ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇਹ ਨਿਰਣਾ ਲੈ ਲਿਆ ਸੀ ਕਿ ਜਦੋਂ ਉਹ ਵਿਆਹ ਕਰਵਾਉਣਗੇ ਤਾਂ ਦਲੀਪ ਕੁਮਾਰ ਦੇ ਨਾਲ ਹੀ ਕਰਵਾਉਣਗੇ, ਅਤੇ ਸਾਇਰਾ ਬਾਨੂ ਦਾ ਇਹ ਸੁਪਨਾ ਸੱਚ ਵੀ ਹੋਇਆ ਸੀ।
ਸਾਇਰਾ ਦੇ ਨਾਲ ਵਿਆਹ ਕਰਨ ਤੋਂ ਬਾਅਦ ਦਲੀਪ ਕੁਮਾਰ ਦੀ ਜ਼ਿੰਦਗੀ ਪਿਆਰ ਅਤੇ ਖੁਸ਼ੀਆਂ ਦੇ ਨਾਲ ਭਰ ਗਈ, ਪਰ ਉਹਨਾਂ ਨੂੰ ਬੱਚੇ ਨਾ ਹੋਣ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪਿਆ। ਆਪਣੀ ਬਾਇਓਗ੍ਰਾਫੀ ਦੇ ਵਿੱਚ ਅਦਾਕਾਰ ਦਲੀਪ ਕੁਮਾਰ ਨੇ ਦੱਸਿਆ ਸੀ ਕਿ 1972 ਦੇ ਵਿੱਚ ਸਾਇਰਾ ਪਹਿਲੀ ਵਾਰ ਗਰਭਵਤੀ ਹੋਈ ਸੀ, ਪਰ ਕਿਸੇ ਕਾਰਨ ਬੱਚੇ ਨੂੰ ਜਨਮ ਨਹੀਂ ਦੇ ਸਕੀ। ਸਾਰੀਆਂ ਖੁਸ਼ੀਆਂ ਦੇ ਬਾਵਜੂਦ ਇੱਕ ਉਦਾਸੀ ਸੀ ਜੋ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜ਼ਿੰਦਗੀ ਤੋਂ ਦੂਰ ਨਹੀਂ ਹੋ ਰਹੀ ਸੀ। ਵਿਆਹ ਦੇ 16 ਸਾਲਾਂ ਬਾਅਦ ਵੀ ਕੋਈ ਔਲਾਦ ਨਹੀਂ ਸੀ। ਇਸ ਦੇ ਲਈ 1980 ਦੇ ਵਿੱਚ ਦਲੀਪ ਕੁਮਾਰ ਨੇ ਆਸਮਾ ਰਹਿਮਾਨ ਦੇ ਨਾਲ ਦੂਜਾ ਵਿਆਹ ਕੀਤਾ। ਆਸਮਾ ਹੈਦਰਾਬਾਦ ਦੀ ਰਹਿਣ ਵਾਲੀ ਸੀ ਅਤੇ ਤਲਾਕਸ਼ੁਦਾ ਸੀ। ਹਾਲਾਂਕਿ ਇਹ ਵਿਆਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਦਲੀਪ ਨੇ 1983 ਦੇ ਵਿੱਚ ਆਸਮਾ ਨੂੰ ਤਲਾਕ ਦੇ ਦਿੱਤਾ। ਅਦਾਕਾਰ ਨੇ ਆਪਣੇ ਆਤਮਕਥਾ ਦੇ ਵਿੱਚ ਦੱਸਿਆ ਕਿ ਦੂਜਾ ਵਿਆਹ ਇੱਕ ਦੁਰਘਟਨਾ ਸੀ ਜੋ ਸਿਰਫ 2 ਸਾਲ ਤੱਕ ਚੱਲਿਆ। ਉਹਨਾਂ ਨੇ ਵਿਆਹ ਨੂੰ ਗੰਭੀਰ ਗਲਤੀ ਦੱਸਿਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਗਲਤੀ ਨੂੰ ਸਾਇਰਾ ਬਾਨੂ ਅਤੇ ਦਲੀਪ ਕੁਮਾਰ ਦੋਨੋਂ ਹੀ ਕਦੇ ਭੁੱਲਣਾ ਨਹੀਂ ਚਾਹੁੰਦੇ ਅਤੇ ਨਾ ਹੀ ਕਦੇ ਭੁਲਾ ਪਾਏ ਨੇ। ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਛਾ, ਮੇਰੀ ਜ਼ਿੰਦਗੀ ਦੀ ਇੱਕ ਘਟਨਾ ਜਿਸ ਨੂੰ ਮੈਂ ਕਦੇ ਭੁੱਲਣਾ ਨਹੀਂ ਚਾਹਾਂਗਾ, ਜਿਸਨੇ ਮੈਨੂੰ ਅਤੇ ਸਾਇਰਾ ਦੋਵਾਂ ਨੂੰ ਹਮੇਸ਼ਾ ਲਈ ਗੁੰਮਨਾਮੀ ਦੇ ਵਿੱਚ ਧੱਕ ਦਿੱਤਾ। ਉਹ ਇੱਕ ਗੰਭੀਰ ਗਲਤੀ ਹੈ ਜੋ ਮੈਂ ਆਸਮਾ ਰਹਿਮਾਨ ਦੇ ਨਾਲ ਕੀਤੀ। ਜੀ ਹਾਂ, ਇਹ ਔਰਤ ਦੇ ਨਾਲ ਜੁੜੇ ਕਈ ਖੁਲਾਸੇ ਦਲੀਪ ਕੁਮਾਰ ਦੇ ਵੱਲੋਂ ਕੀਤੇ ਗਏ। ਉਹਨਾਂ ਕਿਹਾ ਕਿ ਦਬਾਅ ਦੇ ਵਿੱਚ ਜਿਨ੍ਹਾਂ ਨੂੰ ਮੈਂ ਹੈਦਰਾਬਾਦ ਦੇ ਵਿੱਚ ਕ੍ਰਿਕਟ ਮੈਚ ਦੇ ਦੌਰਾਨ ਮਿਲਿਆ ਸੀ, ਉਸ ਦੇ ਨਾਲ ਮੈਂ ਵਿਆਹ ਕਰਵਾ ਲਿਆ। ਉਹਨਾਂ ਕਿਹਾ ਹੈ ਕਿ ਜਦੋਂ ਸਾਇਰਾ ਬਾਨੂ ਨੂੰ ਇਹ ਖਬਰ ਅਖਬਾਰ ਦੇ ਵਿੱਚ ਮਿਲੀ ਤਾਂ ਉਹਨਾਂ ਨੂੰ ਦਿਲਾਸਾ ਦੇਣਾ ਮੇਰੇ ਲਈ ਬਹੁਤ ਦੁਖਦਾਈ ਸੀ ਅਤੇ ਬਹੁਤ ਮੁਸ਼ਕਿਲ ਸੀ। ਮੈਂ ਸਾਇਰਾ ਨੂੰ ਜੋ ਠੇਸ ਪਹੁੰਚਾਈ ਉਸਦੇ ਲਈ ਮੈਂ ਆਪਣੇ ਆਪ ਨੂੰ ਕਦੇ ਮੁਆਫ਼ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਜਦੋਂ ਸਾਇਰਾ ਬਾਨੂ ਨੂੰ ਅਖਬਾਰ ਦੇ ਵਿੱਚ ਹੀ ਇਸ ਖਬਰ ਦਾ ਪਤਾ ਲੱਗਾ ਤਾਂ ਸਾਇਰਾ ਬਾਨੂ ਬੇਹੱਦ ਟੁੱਟ ਗਈ ਸੀ। ਇਹ ਘਟਨਾ ਦਾ ਜ਼ਿਕਰ ਕਰਦਿਆਂ ਹੋਇਆ ਸਾਇਰਾ ਬਾਨੂ ਨੇ ਇੱਕ ਪੁਰਾਣੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਂ ਸਰ ਨੂੰ ਕਿਹਾ ਸੀ ਕਿ ਮੈਂ ਦੂਜੀ ਪਤਨੀ ਨਹੀਂ ਬਣਾਂਗੀ, ਮੈਂ ਇਕਲੌਤੀ ਪਤਨੀ ਬਣਨਾ ਚਾਹੁੰਦੀ ਹਾਂ। ਜ਼ਿਆਦਾ ਸਾਡੇ ਵਿਆਹ ਦੇ ਸ਼ੁਰੂ ਦੇ ਵਿੱਚ ਮੇਰੇ ਨਾਲ ਵਾਅਦਾ ਕੀਤਾ ਸੀ, ਭਾਵੇਂ ਅਸੀਂ ਮੁਸਲਮਾਨ ਹਾਂ, ਅਸੀਂ ਇੱਕ ਦੂਜੇ ਦੇ ਨਾਲ ਸਪਸ਼ਟ ਵਾਅਦਾ ਕੀਤਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਨਹੀਂ ਆਵੇਗਾ। ਹਾਲਾਂਕਿ ਦੂਜਾ ਵਿਆਹ ਟੁੱਟਣ ਤੋਂ ਬਾਅਦ ਦਲੀਪ ਕੁਮਾਰ ਸਾਇਰਾ ਬਾਨੂ ਕੋਲ ਵਾਪਸ ਆ ਗਏ ਅਤੇ ਦਲੀਪ ਸਾਹਿਬ ਫਿਰ ਸਾਰੀ ਉਮਰ ਸਾਇਰਾ ਬਾਨੂ ਦੇ ਨਾਲ ਰਹੇ। ਉਸ ਤੋਂ ਬਾਅਦ ਦਲੀਪ ਕੁਮਾਰ ਦੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਔਰਤ ਆਈ ਹੋਵੇ ਇਸ ਦੀ ਜਾਣਕਾਰੀ ਕਦੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਅਜਿਹੀ ਜਾਣਕਾਰੀ ਸਾਹਮਣੇ ਆਈ। ਪਰ ਦੋਵਾਂ ਦਾ ਪਿਆਰ ਕਾਫੀ ਮਕਬੂਲ ਰਿਹਾ, ਦੋਨਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਹਾਲਾਂਕਿ ਸਾਇਰਾ ਬਾਨੂ ਦੀ ਉਮਰ ਬੇਹੱਦ ਘੱਟ ਸੀ। ਸਾਇਰਾ ਬਾਨੂ ਨੇ ਜਦੋਂ ਵਿਆਹ ਕਰਵਾਇਆ ਤਾਂ ਉਸ ਸਮੇਂ ਸਾਇਰਾ ਬਾਨੂ ਦੀ ਉਮਰ ਮਹਿਜ 22 ਸਾਲਾਂ ਸੀ ਅਤੇ ਦਲੀਪ ਕੁਮਾਰ ਦੀ ਉਮਰ 44 ਸਾਲ ਦੀ ਸੀ। ਸੋ ਆਪਣੇ ਤੋਂ ਦੁੱਗਣੀ ਉਮਰ ਦੇ ਵਿਅਕਤੀ ਦੇ ਨਾਲ ਸਾਇਰਾ ਬਾਨੂ ਨੇ ਵਿਆਹ ਕਰਵਾਇਆ ਸੀ, ਪਰ ਦਲੀਪ ਕੁਮਾਰ ਦੇ ਉਸ ਸਮੇਂ ਪੂਰੇ ਚਰਚੇ ਸੀ। ਦਲੀਪ ਕੁਮਾਰ ਦੇ ਨਾਲ ਕੋਈ ਵੀ ਕੁੜੀ ਵਿਆਹ ਕਰਵਾਉਣ ਦੇ ਲਈ ਰਾਜ਼ੀ ਹੋ ਜਾਂਦੀ। ਬੇਹੱਦ ਬਾਲੀਵੁੱਡ ਦੀਆਂ ਕੁਝ ਮਸ਼ਹੂਰ ਅਦਾਕਾਰਾਂ ਸੀ ਜੋ ਕਿ ਦਲੀਪ ਕੁਮਾਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ। ਹਾਲਾਂਕਿ ਗੱਲ ਕਰੀਏ ਕੁਝ ਅਦਾਕਾਰਾਂ ਦੀ ਤਾਂ ਉਹਨਾਂ ਦੇ ਨਾਲ ਦਲੀਪ ਕੁਮਾਰ ਦੇ ਚਰਚੇ ਜ਼ਰੂਰ ਰਹੇ, ਪਰ ਅਸਲ ਦੇ ਵਿੱਚ ਸਾਇਰਾ ਬਾਨੂ ਦੇ ਨਾਲ ਹੀ ਦਲੀਪ ਕੁਮਾਰ ਨੇ ਵਿਆਹ ਕਰਵਾਇਆ ਅਤੇ ਜੋੜੀ ਦੇ ਵਿੱਚ ਕਿਸ ਤਰੀਕੇ ਦੀਆਂ ਰੁਕਾਵਟਾਂ ਆਈਆਂ ਅਤੇ ਕਿਵੇਂ ਦੋਨਾਂ ਦਾ ਪਿਆਰ ਸਿਰੇ ਚੜ੍ਹਿਆ, ਇਸ ਦੀਆਂ ਜੋ ਕਹਾਣੀਆਂ ਨੇ ਜੱਗ ਜ਼ਾਹਿਰ ਨੇ। ਹਾਲਾਂਕਿ ਦੋਨਾਂ ਦੀ ਜੋੜੀ ਨੂੰ ਲੈ ਕੇ ਅਤੇ ਦੋਨਾਂ ਦੀ ਕਹਾਣੀ ਨੂੰ ਲੈ ਕੇ ਤੁਸੀਂ ਆਪਣੇ ਕੀ ਵਿਚਾਰ ਦੇਣਾ ਚਾਹੁੰਦੇ ਹੋ, ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਨਾ।